ਸਰਕਾਰੀ ਮਹਿਕਮੇ ਪਟਵਾਰਖਾਨੇ ਤੋਂ ਸਰਕਾਰ ਨੂੰ ਕਾਫੀ ਆਮਦਨ ਹੁੰਦੀ ਹੈ, ਪਰ ਜਦੋਂ ਲੋਕ ਆਪਣੇ ਕੰਮ ਸੰਬੰਧੀ ਇੱਥੇ ਆਉਂਦੇ ਹਨ ਤਾਂ ਇੱਥੇ ਦਾ ਬਿਜਲੀ ਕਨੈਕਸ਼ਨ ਕੱਟੇ ਹੋਣ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਹਨ। ਇਸ ਸਮੱਸਿਆ ਬਾਰੇ ਪਟਵਾਰਖਾਨੇ ਦੇ ਪਟਵਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਪਿਛਲੇ ਕਈ ਸਾਲਾਂ ਤੋਂ ਬਿਜਲੀ ਦਾ ਬਿੱਲ ਨਾ ਦੇਣ ਕਾਰਨ ਬਿਜਲੀ ਮਹਿਕਮੇ ਵੱਲੋਂ ਇੱਥੇ ਦੀ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਹੈ। ਨਿਊਜ਼ ਨੰਬਰ ਦੀ ਟੀਮ ਨਾਲ ਗੱਲਬਾਤ ਕਰਦਿਆਂ ਪਟਵਾਰੀ ਥਮਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਦੀ ਬਿਜਲੀ ਕਨੈਕਸ਼ਨ ਕੱਟੇ ਜਾਣ ਕਾਰਨ ਪਟਵਾਰੀਆਂ ਅਤੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਉਹਨਾਂ ਦੱਸਿਆ ਕਿ ਪ੍ਰਸ਼ਾਸਨ ਨੂੰ ਇਸ ਸਮੱਸਿਆ ਬਾਰੇ ਕਈ ਵਾਰ ਕਿਹਾ ਗਿਆ ਹੈ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਇਸ ਮੌਕੇ ਅੰਮ੍ਰਿਤਸਰ ਪਟਵਾਰ ਯੂਨੀਅਨ ਤਹਿਸੀਲ 1 ਨੇ ਸਰਕਾਰ ਨੂੰ ਅਪੀਲ ਕੀਤੀ ਕਿ ਬਿਜਲੀ ਦੀ ਇਸ ਸਮੱਸਿਆ ਦਾ ਜਲਦ ਹੀ ਕੋਈ ਹੱਲ ਕੀਤਾ ਜਾਵੇ। ਥੰਮਨ ਸਿੰਘ, ਪ੍ਰਧਾਨ ਤਹਿਸੀਲ ਅੰਮ੍ਰਿਤਸਰ 2 ਪਟਵਾਰਖਾਨਾ, ਅੰਮ੍ਰਿਤਸਰ 1 ਅਤੇ ਅੰਮ੍ਰਿਤਸਰ 2 ਦੀ ਬਿਜਲੀ ਦੇ ਸੰਬੰਧੀ ਬੜੀ ਪੁਰਾਣੀ ਸਮੱਸਿਆ ਚੱਲੀ ਆ ਰਹੀ ਹੈ, ਜਿਹੜਾ ਕਿ ਬਿਜਲੀ ਡਿਪਾਰਟਮੈਂਟ ਵੱਲੋਂ ਵਾਰ ਵਾਰ ਬਿਜਲੀ ਦਾ ਕਨੈਕਸ਼ਨ ਕੱਟਿਆ ਜਾਂਦਾ। ਉਹ ਅਸੀਂ ਜਦੋਂ ਪ੍ਰਸ਼ਾਸਨ ਨੂੰ ਆਖਦੇ ਹਾਂ ਕਿ ਇਹਦਾ ਬਿਜਲੀ ਦਾ ਬਿੱਲ ਜਿਹੜਾ ਆ ਉਹ ਡਿਪਾਰਟਮੈਂਟ ਬਿਜਲੀ ਨੂੰ ਦਿੱਤਾ ਜਾਵੇ, ਤਾਂ ਉਹ ਕਹਿੰਦੇ ਆ ਜੀ ਹੈੱਡ ਜਿਹੜਾ ਆ ਇਹ ਪਟਵਾਰਖਾਨਿਆਂ ਦਾ ਹੈੱਡ ਜਿੱਥੋਂ ਬਿੱਲ ਤਰਦਾ ਆ ਉਹ DLR ਨਾਲ ਸੰਬੰਧਿਤ ਆ, ਲੈਂਡ ਰਿਕਾਰਡ ਸੁਸਾਇਟੀ ਦੇ ਨਾਲ। ਅਤੇ ਲੈਂਡ ਰਿਕਾਰਡ ਸੁਸਾਇਟੀ ਨੂੰ ਵੀ ਸਾਡਾ ਡਿਪਾਰਟਮੈਂਟ ਬੜੀ ਵਾਰੀ ਅਪੀਲ ਕਰ ਬੈਠਾ ਆ ਕਿ ਇਹ ਸਾਰੇ ਟੋਟਲ ਪੰਜਾਬ ਦੇ ਵਿੱਚ ਇਹ ਮੁਸ਼ਕਲ ਆ, ਔਰ ਵਾਰ ਵਾਰ ਬਿਜਲੀ ਕੱਟਣ ਕਰਕੇ ਲੋਕ ਵੀ ਪਰੇਸ਼ਾਨ ਹੁੰਦੇ ਆ, ਮੁਲਾਜ਼ਮ ਵੀ ਪਰੇਸ਼ਾਨ ਨੇ, ਜਿਹਦੇ ਕਰਕੇ ਇਹ ਬਹੁਤ ਵੱਡੀ ਸਮੱਸਿਆ ਆ। ਇਹ ਸਮੱਸਿਆ ਨੂੰ ਹੱਲ ਕਰਨਾ ਪ੍ਰਸ਼ਾਸਨ ਦਾ ਫਰਜ਼ ਬਣਦਾ, ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਤਾਂ ਕਿ ਲੋਕ ਵੀ ਇਸ ਮੁਸ਼ਕਲ ਤੋਂ ਨਿਜਾਤ ਪਾ ਸਕਣ ਅਤੇ ਮੁਲਾਜ਼ਮ ਵੀ ਇਸ ਮੁਸ਼ਕਲ ਤੋਂ ਨਿਜਾਤ ਪਾ ਸਕਣ।